ਆ ਕੀ ਆ ਯਾਰ ਆ ਬਾਪੂ ਵੀ ਨਾ ਮਗਰ ਪਿਆ ਰਹਿੰਦਾ ਹੈ ਕਹਿੰਦਾ ਵਿਆਹ ਕਰਾ ਲਾ ਉਹ ਅੱਜ ਤਾਂ ਹੱਦੀ ਹੋ ਗਈ ਉਹ ਅੱਜ ਤਾਂ ਧੱਕੇ ਨਾਲ ਹੀ ਰਿਸ਼ਤਾ ਪੱਕਾ ਕਰੀ ਫਿਰਦਾ ਸੀ ਉਹ ਤਾਂ ਮੈਂ ਟਾਈਮ ਨਾਲ ਭੱਜ ਆਇਆ ਉਹ ਨਾਲੇ ਮੈਂ ਕਿੰਨੀ ਵਾਰੀ ਸਮਝਾਇਆ ਮੈਂ ਤਾਂ ਗੋਰੀ ਮੇਮ ਨਾਲ ਵਿਆਹ ਕਰਾਉਣਾ ਉਹ ਤੁਹਾਡੀ ਨੂੰ ਉਹ ਗੋਰੀ ਮੇਮ ਹੋ ਵੀ ਸਾਡੇ ਪਿੰਡ ਹੁਣ ਮੈਂ ਕਿਤੇ ਸੁਪਨਾ ਤਾਂ ਨਹੀਂ ਵੇਖ ਰਿਹਾ ਹੈਗਾ ਤਾਂ ਸੱਚ ਯਾਰ ਭਾਜੀ ਮੈਂ ਕਿਹਦਾ ਮੂੰਹ ਵੇਖਿਆ ਸੀ ਵੇਖਿਆ ਤੇ ਮੈਂ ਨਾਲ ਦੀ ਬੰਤੋ ਦਾ ਸੀ ਉਹ ਭਾਵੇਂ ਭੈੜਾ ਹੀ ਸੀ ਪਰ ਨਿਕਲਿਆ ਕੰਮ ਦਾ ਯਾਰਾ ਚੱਲ ਯਾਰ ਉਹਦੇ ਨਾਲ ਗੱਲ ਤਾਂ ਕਰੀਏ ਮੈਂ ਕਿਹਾ ਜੀ ਉਹ ਮੈਂ ਕਿਹਾ ਜੀ ਸਤਿ ਸ੍ਰੀ ਅਕਾਲ ਓ ਸਤਿ ਸ੍ਰੀ ਅਕਾਲ ਹਾਊ ਆਰ ਯੂ ਕੀ ਤੁਮ ਕਾਇਸਾ ਹੈ ਹੋ ਮੈਂ ਜੀ ਗੱਡ ਗੱਡ ਫਲ ਕੈਮ ਮੈਡਮ ਜੀ ਇੱਕ ਗੱਲ ਕਰਨੀ ਸੀ ਤੁਸੀਂ ਨਾ ਵਾਲੀ ਘੈਂਟ ਹੋ ਘੈਂਟ ਵਾਟ ਘੈਂਟ ਉਹ ਘੈਂਟ ਉਹ ਮਤਲਬ ਜੂ ਬਿਊਟੀਫੁਲ ਓ ਬਿਊਟੀਫੁਲ ਓਕੇ ਥੈਂਕ ਯੂ ਸੋ ਮਚ ਆਏ ਓਏ ਲੱਗਦਾ ਸੈਂਟੀ ਹੋ ਗਈ ਜੱਤੇ ਨੂੰ ਤਾਂ ਪਿੰਡ ਵੀ ਵਿਖਾਉਣਾ ਪੈਣਾ ਉਹ ਬਾਈ ਕੁੜੀ ਨੂੰ ਵੀ ਸਾਰੇ ਪਿੰਡ ਦਾ ਪਤਾ ਹੋਣਾ ਚਾਹੀਦਾ ਹੈ ਜੂਸੀ ਵਿਲੇਜ ਵਿਲੇਜ ਯਾ 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 ਆ ਆ ਆ ਆ ਵੇਖੋ ਸਾਡੇ ਪਿੰਡ ਦੀਆਂ ਪਾਥੀਆਂ ਪਾਥੀ ਵਾਟ ਇਜ਼ ਦਿਸ ਪਾਥੀ ਪਾਥੀ ਗੋਲ ਗੋਲ ਉਹ ਕਛੂ ਕੰਮੇ ਵਰਗੀਆਂ ਫੁੱਲੀ ਪੂੜੀ ਵਰਗੀਆਂ ਆਈ ਡੋਨਟ ਨੋ ਕੋਈ ਨਾ ਆ ਵੇਖੋ ਸਾਡੇ ਪਿੰਡ ਦੀ ਗਾਂ ਗਾਂ ਵਾਟ ਇਜ਼ ਦਿਸ ਗਾਂ ਉਹ ਗਾਂ ਉਹ ਸਿਸਟਰ ਆਫ ਮੱਝ ਉਹ ਹਾਰ ਪਾਈ ਟੀਕਾ ਲਗਾਈ ਪੂਜਾ ਕਰੀ ਹਾਰ ਪੂਜਾ ਟੀਕਾ ਆਈ ਡੋਨਟ ਗੈਟ ਇਟ ਇਹ ਤਾਂ ਬੜੀ ਨਲਾਇਕ ਹੈ ਪਰ ਕਮਾਲ ਹੈ ਰੱਬਾ ਤੂੰ ਹੀ ਸੋਚ ਸਮਝ ਕੇ ਜੋੜੀਆਂ ਬਣਾਉਂਦਾ ਮੈਂ ਵੀ ਅਨਪੜ ਤੇ ਇਹ ਵੀ ਅਨਪੜ ਓਕੇ whatever just tell me where can I get pizza from I am feeling very hungry I want pizza pizza ਪੱਕੀ ਗੱਲ pizza ਹਲੋ ਫਿਰ ਗੱਲ ਕੀ ਹੈ ਹੋਰ ਦੱਸੋ ਹੁਕਮ ਕਰੋ ਬਸ ਹੁਕਮ what the hell are you doing ਉਹ ਹਾਲੀ ਬਤਾ ਵਾਇਦਾ ਹੈ ਜੱਟ ਨੇ ਆ ਜੂ ਬਾਈਂਗ ਹਲ no problem ਆਪਾਂ ਨਾ ਬੇਬੇ ਬਾਪੂ ਨੂੰ ਮਿਲ ਕੇ ਆਈਏ ਉਹ ਨਾਲੇ ਰਿਸ਼ਤੇ ਦੀ ਗੱਲ ਵੀ ਤਾਂ ਕਰਨੀ ਹੈ ਸੇਮੀ ਸਮੜੀ ਪਲੀਜ਼ ਸੇਮੀ ਉਹ ਸੇਮੀਆਂ ਵੀ ਖਵਾ ਦਿੰਦੇ ਆ ਸੇਮੀ ਸਮੜੀ ਉਹ ਬੇਬੇ ਬੜੀ ਸਵਾਦ ਬਣਾਉਂਦੀ ਆ ਉਂਗਲਾ ਚੜਦੇ ਰਹਿ ਜਾ ਉਂਗਲਾ ਉਹਨੂੰ ਕੀ ਹੋਇਆ ਸਮੜੀ ਸੇਮੀ ਪਲੀਜ਼ ਉਹ ਇਹਦਾ ਪਾਗਲ ਹੋਈ ਫਿਰਦੀ ਆ